ਅੱਜ ਅਸੀਂ ਬਣਾਵਾਂਗੇ ਖਜੂਰ ਅਤੇ ਅੰਜੀਰ ਦੇ ਡਰਾਈ ਫਰੂਟ ਵਾਲੇ ਲੱਡੂ, ਜਿਹੜੇ ਕਿ ਬਹੁਤ ਹੀ ਆਸਾਨ ਨੇ ਬਣਾਉਣੇ, ਬਿਨਾਂ ਗੁੜ ਬਿਨਾਂ ਚੀਨੀ ਤੋਂ ਬਣਾਵਾਂਗੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡੇ ਆਪਣੇ ਕੁਕਿੰਗ ਚੈਨਲ 'ਤੇ। ਅਤੇ ਚਲੋ ਫਿਰ ਬਣਾਉਣਾ ਸ਼ੁਰੂ ਕਰਦੇ ਹਾਂ ਜੀ। ਡਰਾਈ ਫਰੂਟ ਲੱਡੂ ਬਣਾਉਣ ਦੇ ਲਈ ਮੈਂ ਮਖਾਣੇ ਲਏ ਆ, ਇਹ 2 ਕੌਲੀਆਂ ਮਖਾਣੇ ਆ, ਆਹ ਵਾਲੀ ਕੌਲੀ ਮੈਂ ਨਾਪ ਕੇ ਲਈ ਆ, ਅੱਧੀ ਕੌਲੀ ਕਾਜੂਆਂ ਦੀ ਲਈ ਆ, ਅੱਧੀ ਖਰਬੂਜੇ ਦੇ ਬੀਜ ਲਏ ਆ, ਥੋੜ੍ਹੇ ਜਿਹੇ ਸੂਰਜਮੁਖੀ ਦੇ ਬੀਜ ਆ, ਅਤੇ ਇਹ ਨਾਰੀਅਲ ਹੈ, ਇਹਨੂੰ ਮੈਂ ਕੱਦੂਕਸ ਕਰ ਲਿਆ, ਸੁੱਕਾ ਨਾਰੀਅਲ ਹੈ ਅਤੇ ਇਹਦੀ ਜਗ੍ਹਾ ਤੁਸੀਂ ਨਾਰੀਅਲ ਦਾ ਬੁਰਾਦਾ ਵੀ ਲੈ ਸਕਦੇ ਹੋ। ਇਹ ਖਰਬੂਜੇ ਦੇ ਬੀਜ ਹੈ, ਇਹ ਮੈਂ 1.25 ਕੌਲੀ ਲਈ ਆ, 1 ਕੌਲੀ ਬਦਾਮਾਂ ਦੀ ਲਈ ਆ, ਅਤੇ 1 ਛੋਟੀ ਕੌਲੀ ਕਿਸ਼ਮਿਸ਼ ਲਈ ਆ ਦਾਖ, ਅਤੇ ਥੋੜ੍ਹੀ ਜਿਹੀ ਖਸਖਸ ਲਈ ਆ, ਅਤੇ ਆ ਮੈਂ ਅੰਜੀਰ ਲਈ ਆ 100 ਗ੍ਰਾਮ, ਇਹਨੂੰ ਮੈਂ ਗਰਮ ਪਾਣੀ ਦੇ ਵਿੱਚ ਭਿਉਂ ਦਿੱਤਾ ਸੀ 2 ਘੰਟੇ ਪਹਿਲਾਂ, ਅਤੇ ਮੈਂ 1/2 ਕਿਲੋ ਖਜੂਰਾਂ ਲਈਆਂ, ਇਹ ਸੌਫਟ ਖਜੂਰਾਂ ਆ, ਇਹਨਾਂ ਦੇ ਮੈਂ ਬੀਜ ਕੱਢ ਕੇ ਅਤੇ ਇਹਨਾਂ ਨੂੰ ਬਰੀਕ ਬਰੀਕ ਕੱਟ ਲਿਆ ਸੀ। ਅਤੇ ਹੁਣ ਸਭ ਤੋਂ ਪਹਿਲਾਂ ਆਪਾਂ ਖਜੂਰ ਨੂੰ ਅਤੇ ਅੰਜੀਰ ਨੂੰ ਗ੍ਰਾਇੰਡ ਕਰ ਲਵਾਂਗੇ, ਇਹਨਾਂ ਦਾ ਆਪਾਂ ਪੇਸਟ ਬਣਾ ਲਵਾਂਗੇ। ਮੈਂ ਅੰਜੀਰ ਪੀਸ ਕੇ ਇਹਦਾ ਪੇਸਟ ਬਣਾ ਲਿਆ ਆ, ਅਤੇ ਹੁਣ ਮੈਂ ਖਜੂਰ ਨੂੰ ਵੀ ਇਸੇ ਤਰ੍ਹਾਂ ਉਹਦਾ ਪੇਸਟ ਬਣਾ ਲਵਾਂਗੀ ਅਤੇ ਇਹਦੇ ਵਿੱਚ ਹੀ ਐਡ ਕਰ ਲਵਾਂਗੀ। ਦੱਸ ਦਿੰਦੇ ਹੋ ਅਤੇ ਆ ਮੈਂ ਖਜੂਰ ਦਾ ਵੀ ਪੇਸਟ ਬਣਾ ਲਿਆ, ਇਹਨੂੰ ਵੀ ਆਪਾਂ ਇਹਦੇ ਵਿੱਚ ਹੀ ਐਡ ਕਰ ਦਾਂਗੇ। ਸਭ ਤੋਂ ਪਹਿਲਾਂ ਹੁਣ ਮੈਂ ਡਰਾਈ ਫਰੂਟ ਰੋਸਟ ਕਰਾਂਗੀ, ਉਹਦੇ ਲਈ ਮੈਂ 1 ਚਮਚ ਘਿਓ ਦਾ ਲਿਆ। ਤੁਸੀਂ ਬਿਨਾਂ ਘਿਓ ਤੋਂ ਵੀ ਇਹਨਾਂ ਨੂੰ ਰੋਸਟ ਕਰ ਸਕਦੇ ਹੋ ਡਰਾਈ ਰੋਸਟ, ਪਰ ਮੈਂ ਥੋੜ੍ਹਾ ਜਿਹਾ ਘਿਓ ਪਾ ਲਿਆ ਹੈ। ਜੇ ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਤੁਸੀਂ ਬਿਨਾਂ ਘਿਓ ਤੋਂ ਵੀ ਕਰ ਸਕਦੇ ਹੋ। ਘਿਓ ਗਰਮ ਹੋ ਗਿਆ, ਹੁਣ ਇਹਦੇ 'ਚ ਮੈਂ ਸਭ ਤੋਂ ਪਹਿਲਾਂ ਬਦਾਮ ਪਾ ਦਾਂਗੀ। ਬਦਾਮ ਹੈ ਜਿਹੜੇ, ਇਹਨਾਂ ਨੂੰ ਭੁੱਜਣ ਨੂੰ ਥੋੜ੍ਹਾ ਵੱਧ ਟਾਈਮ ਲੱਗਦਾ, ਇਸ ਕਰਕੇ ਮੈਂ ਪਹਿਲਾਂ ਬਦਾਮ ਪਾਏ ਆ। ਜਦੋਂ ਹਲਕੇ ਜਿਹੇ ਚਟਕਣੇ ਸ਼ੁਰੂ ਹੋ ਜਾਊਗੇ ਤਾਂ ਫਿਰ ਮੈਂ ਇਹਦੇ 'ਚ ਕਾਜੂ ਪਾ ਦਾਂਗੀ, ਥੋੜ੍ਹਾ ਥੋੜ੍ਹਾ ਕਰਕੇ ਸਾਰਾ ਡਰਾਈ ਫਰੂਟ ਆਪਾਂ ਫਿਰ ਇਹਦੇ 'ਚ ਐਡ ਕਰ ਦਾਂਗੇ। ਬਦਾਮ ਹਲਕੇ ਜਿਹੇ ਰੋਸਟ ਹੋਣ ਲੱਗ ਗਏ ਆ, ਹੁਣ ਮੈਂ ਨਾਲ ਹੀ ਇਹਦੇ 'ਚ ਕਾਜੂ ਪਾ ਦਾਂਗੀ। ਬਦਾਮ ਅਤੇ ਕਾਜੂ ਨੂੰ ਭੁੰਨਦੇ ਹੋਏ 2-3 ਮਿੰਟ ਹੋ ਗਏ ਆ, ਹੁਣ ਉਹ ਥੋੜ੍ਹੇ ਜਿਹੇ ਹਲਕੇ ਹਲਕੇ ਭੁੱਜ ਗਏ ਆ, ਹੁਣ ਮੈਂ ਨਾਲ ਹੀ ਇਹਦੇ 'ਚ ਕੱਦੂ ਦੇ ਬੀਜ ਪਾ ਦਾਂਗੀ, ਅਤੇ ਉਸ ਤੋਂ ਬਾਅਦ ਆ ਸੂਰਜਮੁਖੀ ਦੇ ਬੀਜ ਪਾ ਦਾਂਗੀ। ਇਹਨਾਂ ਨੂੰ ਵੀ ਹੁਣ ਆਪਾਂ ਸਾਰਿਆਂ ਨੂੰ ਭੁੰਨ ਲਵਾਂਗੇ ਚੰਗੀ ਤਰ੍ਹਾਂ। ਡਰਾਈ ਫਰੂਟ ਸਾਡੇ ਰੋਸਟ ਹੋ ਗਏ ਆ, ਹੁਣ ਇਹਨਾਂ ਨੂੰ ਮੈਂ 1 ਪਲੇਟ ਦੇ ਵਿੱਚ ਕੱਢ ਲਾਂਗੀ। ਹੁਣ ਮੈਂ ਪੈਨ ਦੇ ਵਿੱਚ ਥੋੜ੍ਹਾ ਜਿਹਾ ਘਿਓ ਹੋਰ ਪਾ ਕੇ ਅਤੇ ਇਹਦੇ ਵਿੱਚ ਆ ਜਿਹੜੇ ਸਾਡੇ ਖਰਬੂਜੇ ਦੇ ਬੀਜ ਆ ਇਹ ਭੁੰਨ ਲਵਾਂਗੀ। ਇਹ ਮੈਂ ਉਹਦੇ ਵਿੱਚ ਤਾਂ ਨਹੀਂ ਪਾਏ ਕਿਉਂਕਿ ਇਹਨਾਂ ਨੂੰ ਮੈਂ ਗ੍ਰਾਇੰਡ ਨਹੀਂ ਕਰਨਾ, ਇਹਨਾਂ ਨੂੰ ਇਸੇ ਤਰ੍ਹਾਂ ਪਾਉਣਾ ਹੈ, ਇਹ ਬਰੀਕ ਹੀ ਆ। ਜੇ ਤੁਸੀਂ ਇਹਨਾਂ ਨੂੰ ਵੀ ਗ੍ਰਾਇੰਡ ਕਰਨਾ ਚਾਹੁੰਦੇ ਹੋ ਤਾਂ ਫਿਰ ਉਹ ਵਾਲੇ ਡਰਾਈ ਫਰੂਟ ਦੇ ਨਾਲ ਹੀ, ਜਦੋਂ ਤੁਸੀਂ ਕੱਦੂ ਦੇ ਬੀਜ ਅਤੇ ਸੂਰਜਮੁਖੀ ਦੇ ਬੀਜ ਐਡ ਕੀਤੇ ਸੀ ਤਾਂ ਨਾਲ ਹੀ ਇਹ ਵਾਲੇ ਬੀਜ ਵੀ ਐਡ ਕਰ ਸਕਦੇ ਹੋ। ਮੈਂ ਇਹਨਾਂ ਨੂੰ ਥੋੜ੍ਹਾ ਜਿਹਾ ਦਰਦਰਾ ਜਿਹਾ ਹੀ ਪੀਸਣਾ, ਇਸ ਕਰਕੇ ਮੈਂ ਇਹਨਾਂ ਨੂੰ ਅਲੱਗ ਤੋਂ ਭੁੰਨਿਆ। ਭੁੱਜ ਗਏ ਆ ਸਾਡੇ, ਇਹਨਾਂ ਨੂੰ ਮੈਂ ਹੁਣ ਕੌਲੀ ਦੇ ਵਿੱਚ ਕੱਢ ਲਾਂਗੀ। ਮੈਂ ਥੋੜ੍ਹਾ ਜਿਹਾ ਘਿਓ ਹੋਰ ਐਡ ਕਰਾਂਗੀ ਇਹਦੇ 'ਚ, 1 ਛੋਟਾ ਚਮਚ ਘਿਓ ਗਰਮ ਹੋ ਗਿਆ ਅਤੇ ਹੁਣ ਮੈਂ ਇਹਦੇ 'ਚ ਨਾਰੀਅਲ ਪਾ ਦਾਂਗੀ।
ਤੇ ਨਾਲ ਹੀ ਇਹਦੇ 'ਚ ਮੈਂ ਆਹ ਕਿਸ਼ਮਿਸ਼ ਐਡ ਕਰ ਦਾਂਗੀ। ਭੁੱਜ ਗਏ ਆ ਸਾਡੇ, ਹੁਣ ਇਹਨਾਂ ਨੂੰ ਵੀ ਮੈਂ ਕੱਢ ਲਾਂਗੀ ਪਲੇਟ ਦੇ ਵਿੱਚ। ਹੁਣ ਮੈਂ ਜਿਹੜੀ ਖਸਖਸ ਹੈ ਇਹਨੂੰ ਵੀ ਹਲਕੀ ਜਿਹੀ ਰੋਸਟ ਕਰ ਲਾਂਗੀ। ਖਸਖਸ ਰੋਸਟ ਹੋ ਗਈ ਆ, ਹੁਣ ਇਹਨੂੰ ਮੈਂ ਕੌਲੀ 'ਚ ਕੱਢ ਲਾਂਗੀ। ਸਾਰਾ ਡਰਾਈ ਫਰੂਟ ਹੁਣ ਆਪਾਂ ਠੰਡਾ ਹੋਣ ਦੇਵਾਂਗੇ, ਉਦੋਂ ਤੱਕ ਮੈਂ ਮਖਾਣਿਆਂ ਨੂੰ ਰੋਸਟ ਕਰ ਲਾਂਗੀ। ਅਤੇ ਜਦੋਂ ਸਾਰਾ ਡਰਾਈ ਫਰੂਟ ਠੰਡਾ ਹੋ ਜਾਏਗਾ ਤਾਂ ਫਿਰ ਆਪਾਂ ਇਹਨੂੰ ਗ੍ਰਾਇੰਡ ਕਰਾਂਗੇ। ਮੈਂ ਇੱਕ ਚਮਚ ਘਿਓ ਦਾ ਲਿਆ, ਘਿਓ ਗਰਮ ਹੋ ਗਿਆ ਅਤੇ ਹੁਣ ਇਹਦੇ 'ਚ ਮੈਂ ਸਾਰੇ ਮਖਾਣੇ ਪਾ ਦਾਂਗੀ। ਅਤੇ ਹੁਣ ਆਪਾਂ ਮਖਾਣਿਆਂ ਨੂੰ ਵੀ ਰੋਸਟ ਕਰ ਲਵਾਂਗੇ ਚੰਗੀ ਤਰ੍ਹਾਂ। ਮਖਾਣੇ ਸਾਡੇ ਰੋਸਟ ਹੋ ਗਏ ਆ, ਹੁਣ ਇਹਨਾਂ ਨੂੰ ਵੀ ਮੈਂ ਕੱਢ ਲਾਂਗੀ ਅਤੇ ਠੰਡੇ ਹੋਣ ਦੇਵਾਂਗੀ। ਅਤੇ ਫਿਰ ਬਾਅਦ ਵਿੱਚ ਆਪਾਂ ਇਹਨੂੰ ਡਰਾਈ ਫਰੂਟ ਦੇ ਨਾਲ ਆਪਾਂ ਇਹਨੂੰ ਸਾਰੇ ਨੂੰ ਗ੍ਰਾਇੰਡ ਕਰ ਲਵਾਂਗੇ। ਹੁਣ ਪੈਨ ਦੇ ਵਿੱਚ ਮੈਂ ਜਿਹੜਾ ਆਪਾਂ ਅੰਜੀਰ ਅਤੇ ਖਜੂਰ ਦਾ ਪੇਸਟ ਬਣਾ ਕੇ ਰੱਖਿਆ ਸੀ ਗ੍ਰਾਇੰਡ ਕਰਕੇ, ਉਹ ਪਾ ਦਾਂਗੀ। ਅਤੇ ਹੁਣ ਇਹਨੂੰ ਮੈਂ ਲੋ ਫਲੇਮ ਦੇ ਉੱਤੇ ਚੰਗੀ ਤਰ੍ਹਾਂ ਆਪਾਂ ਇਹਨੂੰ ਰੋਸਟ ਕਰ ਲਵਾਂਗੇ ਸਾਰੇ ਪੇਸਟ ਨੂੰ, ਤਾਂ ਕਿ ਜਿਹੜਾ ਇਹਦਾ ਪਾਣੀ ਹੈ ਉਹ ਥੋੜ੍ਹਾ ਜਿਹਾ ਸੁੱਕ ਜਾਏ। ਆਪਾਂ 5 ਤੋਂ 7 ਮਿੰਟ ਦੇ ਲਈ ਇਹਨੂੰ ਲੋ ਫਲੇਮ 'ਤੇ ਰੋਸਟ ਚੰਗੀ ਤਰ੍ਹਾਂ ਕਰ ਲਿਆ ਰੋਸਟ, ਅਤੇ ਇਹਦਾ ਜਿਹੜਾ ਪਾਣੀ ਆ ਉਹ ਕਾਫੀ ਹੱਦ ਤੱਕ ਉੜ ਗਿਆ ਆ। ਅਤੇ ਹੁਣ ਮੈਂ ਇਹਦੇ 'ਚ 1 ਚਮਚ ਘਿਓ ਦਾ ਐਡ ਕਰਾਂਗੀ। ਘਿਓ ਐਡ ਕਰਨ ਦੇ ਨਾਲ ਜਿਹੜੇ ਸਾਡੇ ਲੱਡੂ ਆ ਉਹ ਬਹੁਤ ਸ਼ਾਈਨੀ ਜਿਹੇ ਬਣਨਗੇ। ਇਹ ਵੀ ਆਪਸ਼ਨਲ ਹੈ ਵੈਸੇ, ਜੇ ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਤੁਸੀਂ ਸਕਿੱਪ ਵੀ ਕਰ ਸਕਦੇ ਆ, ਪਰ ਜੇਕਰ ਤੁਸੀਂ ਪਾਉਂਗੇ ਤਾਂ ਇਹਦੇ ਨਾਲ ਜਿਹੜਾ ਫਲੇਵਰ ਹੈ ਹੋਰ ਵਧੀਆ ਆਉਂਦਾ ਹੈ ਲੱਡੂਆਂ ਦਾ। ਜਿਹੜਾ ਸਾਡਾ ਪੇਸਟ ਹੈ ਇਹਨੇ ਹੁਣ ਪੈਨ ਛੱਡਣੀ ਸ਼ੁਰੂ ਕਰ ਦਿੱਤੀ ਹੈ, ਅਤੇ ਇਹਦਾ ਮਤਲਬ ਕਿ ਇਹ ਹੁਣ ਰੈਡੀ ਹੈ। ਹੁਣ ਮੈਂ ਗੈਸ ਦੀ ਫਲੇਮ ਜਿਹੜੀ ਬੰਦ ਕਰ ਦਾਂਗੀ। ਡਰਾਈ ਫਰੂਟ ਆ ਜਿਹੜਾ ਮੈਂ ਸਾਰਾ ਪੀਸ ਲਿਆ ਸੀ, ਕਾਜੂ, ਬਦਾਮ, ਕੱਦੂ ਦੇ ਬੀਜ, ਸੂਰਜਮੁਖੀ ਦੇ ਬੀਜ ਅਤੇ ਮਖਾਣੇ ਆ ਜਿਹੜੇ ਉਹ ਵੀ ਪੀਸ ਲਏ ਆ ਮੈਂ। ਅਤੇ ਹੁਣ ਆਪਾਂ ਇਹ ਸਾਰਾ ਕੁਛ ਇੱਕ ਜਗ੍ਹਾ ਹੀ ਆਪਾਂ ਇਹਨੂੰ ਮਿਕਸ ਕਰ ਲਾਂਗੇ ਸਾਰੇ ਡਰਾਈ ਫਰੂਟ ਨੂੰ। ਮੈਂ ਇਹਦੇ 'ਚ ਨਾਰੀਅਲ ਅਤੇ ਕਿਸ਼ਮਿਸ਼ ਪਾ ਦਾਂਗੀ, ਅਤੇ ਆ ਮੈਂ ਜਿਹੜੇ ਸਾਡੇ ਸੀਗੇ ਖਰਬੂਜੇ ਦੇ ਬੀਜ ਉਹ ਪਾ ਦਾਂਗੀ, ਖਸਖਸ ਵੀ ਪਾ ਦਾਂਗੀ। ਥੋੜ੍ਹੀ ਜਿਹੀ ਖਸਖਸ ਮੈਂ ਰੱਖ ਲਈ ਆ ਲੱਡੂਆਂ ਦੇ ਉੱਪਰ ਲਗਾਉਣ ਲਈ। ਅਤੇ ਹੁਣ ਆ ਜਿਹੜਾ ਸਾਡਾ ਪੇਸਟ ਹੈ ਅੰਜੀਰ ਅਤੇ ਖਜੂਰ ਦਾ, ਇਹ ਵੀ ਮੈਂ ਇਹਦੇ 'ਚ ਪਾ ਦਾਂਗੀ। ਸਾਰਾ ਇਹ ਜਿਹੜਾ ਮਿਕਸਚਰ ਹੈ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲਾਂਗੇ। ਇਹ ਹਲੇ ਬਹੁਤ ਗਾਰਾ, ਮੈਂ ਇਹਨੂੰ ਸਾਨੂੰ ਇਸ ਤਰ੍ਹਾਂ ਕੜਛੀ ਦੇ ਨਾਲ ਹੀ ਮਿਕਸ ਕਰਨਾ ਪੈਣਾ ਹੈ। ਆਪਾਂ ਸਾਰਾ ਇਹ ਜਿਹੜਾ ਮਿਕਸਚਰ ਹੈ ਇਹਨੂੰ ਇਸ ਤਰ੍ਹਾਂ ਮਿਕਸ ਕਰ ਲਿਆ, ਹੁਣ ਆਪਾਂ ਇਹਦੇ ਛੋਟੇ ਛੋਟੇ ਲੱਡੂ ਬਣਾ ਕੇ ਤਿਆਰ ਕਰਾਂਗੇ।
ਜੀ ਲੱਡੂ ਸਾਡੇ ਬਣ ਕੇ ਬਿਲਕੁਲ ਤਿਆਰ ਹੈ। ਇਹ ਸਰਦੀਆਂ ਵਿੱਚ ਬਹੁਤ ਵਧੀਆ ਹੁੰਦੇ ਨੇ ਖਾਣ ਲਈ, ਸਿਹਤ ਦੇ ਲਈ। ਅਤੇ ਇਹਦੇ ਵਿੱਚ ਜਿੰਨੇ ਅਸੀਂ ਡਰਾਈ ਫਰੂਟ ਪਾਏ ਆ ਸਾਰੇ ਹੀ ਬਹੁਤ ਵਧੀਆ ਹੁੰਦੇ ਨੇ ਸਾਡੀ ਬਾਡੀ ਦੇ ਲਈ। ਤੁਸੀਂ ਵੀ ਆਪਣੇ ਘਰ ਵਿੱਚ ਬਣਾ ਕੇ ਜ਼ਰੂਰ ਟਰਾਈ ਕਰਿਓ। ਬਹੁਤ ਹੀ ਸੌਖਾ ਹੈ ਬਣਾਉਣਾ ਘਰ ਦੇ ਵਿੱਚ। ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇਗੀ, ਪਸੰਦ ਆਏਗੀ। ਜੇਕਰ ਮੇਰੀ ਵੀਡੀਓ ਚੰਗੀ ਲੱਗੀ ਹੈ ਤਾਂ ਪਲੀਜ਼ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਜੇਕਰ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਧੰਨਵਾਦ ਤੁਹਾਡਾ ਮੇਰੀ ਵੀਡੀਓ ਦੇਖਣ ਦੇ ਲਈ।